ਇਹ ਬਹੁਤ ਹੀ ਸੋਹਣਾ ਖਿਡੌਣਾ ਹੈ ਅਤੇ ਨਾਲ ਹੀ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਤੁਸੀਂ ਇੱਕ ਕਾਗਜ਼ ਉੱਤੇ ਦੋ ਇੱਕ ਸਮਾਨ ਚਿੜੀਆਂ ਚਿਪਕਾਓ। ਧਿਆਨ ਰੱਖੋ ਕਿ ਉਹ ਦੋਵੇਂ ਇੱਕ ਦੂਜੇ ਵੱਲ ਵੇਖਣ। ਉਸ ਦੇ ਵਿਚਕਾਰ ਵਿੱਚ ਪੁਰਾਣੀ ਬਾਲ ਪੈਨ ਦੀ ਰੀਫਿਲ ਲਗਾਓ। ਉਸ ਤੋਂ ਬਾਅਦ ਦੋਵੇਂ ਚਿੜੀਆਂ ਨੂੰ ਆਪਸ ਵਿੱਚ ਚਿਪਕਾਓ। ਰੀਫਿਲ ਵਿੱਚੋਂ ਧਾਗੇ ਨੂੰ ਨਿਕਾਲ ਕੇ ਧਾਗੇ ਦੇ ਦੋਵੇਂ ਪਾਸੇ ਲੂਪ ਬਣਾਓ। ਧਾਗੇ ਨੂੰ ਪਕੜ ਕੇ ਚਿੜੀਆਂ ਨੂੰ ਛੱਡ ਦਿਓ। ਚਿੜੀਆਂ ਛੋਟੇ ਛੋਟੇ ਝਟਕੇ ਵਿੱਚ ਨੀਚੇ ਆਉਣਗੀਆਂ। ਚਿੜੀਆਂ ਦੇ ਨਾਲ ਇੱਕ ਪੇਪਰ ਕਲਿੱਪ ਲਗਾ ਦਿਓ ਤਾਂ ਜੋ ਉਹ ਭਾਰੀ ਹੋ ਜਾਵੇ ਅਤੇ ਉਸ ਦੀ ਗਤੀ ਧੀਮੀ ਹੋ ਜਾਵੇ। ਜੇਕਰ ਤੁਸੀਂ ਇੱਕ ਹੋਰ ਪੇਪਰ ਕਲਿੱਪ ਲਗਾ ਦਿਓ ਤਾਂ ਉਹ ਹੋਰ ਭਾਰੀ ਹੋਣਗੀਆਂ, ਕਾਰਨ ਹੌਲੀ ਹੌਲੀ ਗਿਰਨਗੀਆਂ ਅਤੇ ਬਹੁਤ ਸੋਹਣੀਆਂ ਲੱਗਣਗੀਆਂ।